ਸਭ ਤੋਂ ਮਹਿੰਗੇ ਪੁਰਜੇ ਨੇ, ਮੰਨ ਲਓ ਆਹ ਪੁਰਜਾ ਲੱਗਿਆ ਇਹਨੂੰ ਕਹਿੰਦੇ ਅਸੀਂ, ਮੰਨ ਲਓ ਵੀ ਜਲੇਬੀ, ਇਹ ਜਲੇਬੀ 15,000 ਰੁਪਏ ਦੀ ਹੈ ਜਲੇਬੀ, ਜੇ ਇਹਦਾ ਜੇ ਤੁਸੀਂ ਸਪੇਅਰ ਪਾਰਟ ਲੈਣ ਜਾਵੋ ਤਾਂ ਜੇਬ ਦੇ ਵਿੱਚ ਪੈਂਟ ਅਤੇ ਜੀਨ ਦੇ ਵਿੱਚ ਪਾ ਕੇ 75-80 ਹਜ਼ਾਰ ਦਾ ਲੈ ਆਵੇਂਗੇ ਉਹ। ਹਾਂ ਇਹ ਇਹ ਬੰਦੇ ਦਾ ਦਿਲ ਵਾਲਾ ਕੰਮ ਕਰਦਾ। ਦੇਖੋ ਪਹਿਲੀ ਗੱਲ ਹੈ ਜੀ, ਆਮ ਜਿਹੜੀਆਂ ਬਾਕੀ ਮਸ਼ੀਨਾਂ ਨੇ ਉਹ ਪੈਂਦੀਆਂ ਨੇ ਹੁੱਕ 'ਚ, ਹੁੱਕ 'ਚ ਪਾਉਣ ਕਰਕੇ ਫਿਰ ਆਪਾਂ ਨੂੰ ਨਾ ਇੱਕ ਪਾਈਪ ਲਾਉਣਾ ਪੈਂਦਾ ਹਾਈਡ੍ਰੋਲਿਕ ਵਾਲਾ ਬੇਕਅਪ ਨੂੰ ਚੱਕਣ ਲਈ, ਉਹ ਫਾਹਾ ਵੱਢਤਾ ਇਸ ਕੰਪਨੀ ਨੇ। ਆਹ ਲਿੰਕਾਂ 'ਚ ਪਾ ਦੀਆਂ ਮਸ਼ੀਨ, ਆਪਣਾ ਇੱਥੋਂ ਜਦੋਂ ਮਰਜ਼ੀ ਬਟਨ ਪਾਉਣੀ ਹੈ, ਆਪਣੀ ਡੋਲ ਟਪਾਉਣਾ, ਖਾਲ ਟਪਾਉਣੀ ਹੈ, ਇੱਥੋਂ ਹੀ ਪਿਕਅਪ 'ਚ ਤਾਂ ਹੋ ਜਾਣੀ ਹੈ ਆਪਾਂ ਨੂੰ। ਉਹ ਪੈਪ ਰੋਜ਼ ਲਾਉਣ ਦੀ ਹੋਣੀ, ਨਾ ਤੇਲ ਕਾਲਾ ਹੋਵੇ ਟਰੈਕਟਰ ਆਪਣਾ, ਨਾ ਤੇਲ ਲੀਕ ਹੋਵੇ ਬਿਲਕੁਲ। ਸੈਂਸਰ ਲੱਗਿਆ ਨਾਲ ਦੇ, ਬਰੱਸ਼ ਲਵਾਤਾ, ਬਰੱਸ਼ ਦੇ ਨਾਲ ਇਹਨੂੰ ਓਇਲਿੰਗ ਹੋਈ ਜਾਣੀ ਹੈ ਆਪਣੇ ਆਪ, ਆਟੋਮੈਟਿਕ ਓਇਲਿੰਗ ਹੋਈ ਜਾਣੀ ਹੈ। ਹਾਂ ਲੁਬਰੀਕੇਟ ਹੋ ਜਾਣੀ ਨਾਲ ਦੀ ਨਾਲ, ਲੁਬਰੀਕੇਟ ਹੋਈ ਜਾਣਾ ਇਹਨੂੰ ਜੀ। ਦੂਜੀ ਗੱਲ ਹੁੰਦੀ ਹੈ ਫਿਰ ਆਪਾਂ ਨੂੰ ਗਰੀਸਿੰਗ ਦੀ, ਸਵੇਰੇ ਸਵੇਰੇ 2 ਘੰਟੇ ਲੱਗ ਜਾਂਦੇ ਨੇ ਗਰੀਸ ਕਰਨ ਨੂੰ। ਇਹਦੇ ਜਿਹੜੇ ਮੰਨ ਲਓ 30-35 ਪੁਆਇੰਟ ਨੇ ਉਹ ਇਹਨਾਂ ਨੇ ਆਟੋ ਕਰਾਤੇ, ਆਟੋ ਲੁਬਰੀਕੈਂਟ ਹੋਊਗਾ। ਤੁਸੀਂ ਆਹ ਲੁਬਰੀਕੈਂਟ ਵਿੱਚ ਪਿਆ ਹੋਇਆ, ਇੱਕ ਦਿਨ ਇੱਕ ਵਾਰੀ ਪਾ ਕੇ 5-7 ਦਿਨ ਇਹਦੀ ਆਪਾਂ ਨੂੰ ਮੁੜ ਕੇ ਪਾਉਣ ਦੀ ਲੋੜ ਨਹੀਂ ਪੈਣੀ। ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਤਰਨ ਤਾਰਨ ਦੇ ਵਿੱਚ ਖੜ੍ਹੇ ਹਾਂ, ਜਿੱਥੇ ਕਿ ਗੁਰਬਾਜ ਦਾ ਜਿਹੜਾ ਸਵਿਫਟ 1900 ਮਾਡਲ ਆ ਲਾਂਚ ਕੀਤਾ ਸੀਗਾ, ਅਤੇ ਉਹ ਇਸ ਵਾਰ ਫੀਲਡ ਦੇ ਵਿੱਚ ਆ ਗਿਆ, ਕਿਸਾਨ ਨੇ ਖਰੀਦਿਆ ਹੋਇਆ, ਅਤੇ ਇਹਦੇ ਵਿੱਚ ਕੀ ਅਪਡੇਟ ਕੀਤਾ? ਜਪਾਨ ਦੀ ਤਕਨੀਕ ਕਹਿ ਸਕਦੇ ਹਾਂ ਵੀ ਪੂਰਾ ਫੁੱਲੀ ਆਟੋਮੈਟਿਕ ਕਰਤਾ, ਕਿਸੇ ਤਰ੍ਹਾਂ ਦਾ ਕੋਈ ਚੈਨ ਸੈੱਟ ਦੀ ਤੁਹਾਨੂੰ ਐਂ ਨਹੀਂ ਹੈਗੀ ਦਿੱਕਤ, ਉਹ ਟੁੱਟ ਜੂਗੀ, ਅਤੇ ਪੂਰਾ ਆਟੋਮੈਟਿਕ ਸਿਸਟਮ ਹੀ ਆ। ਕੋਈ ਤੁਸੀਂ ਇਹਦੇ ਨਾਲ ਜਿਹੜਾ ਹਾਈਡ੍ਰੋਲਿਕ ਪੰਪ ਨਹੀਂ ਜੋੜਨਾ ਹੈਗਾ, ਸਿਰਫ ਇੱਕ ਵਾਇਰ ਦੇਣੀ ਆ, ਅਤੇ ਬਾਕੀ ਪੂਰੀ ਵੀਡੀਓ ਦੇ ਵਿੱਚ ਜਾਣਕਾਰੀ ਲਿਓ। ਅੱਜ ਕਰਦੇ ਹਾਂ ਗੱਲਬਾਤ ਕਿਸਾਨਾਂ ਤੋਂ ਵੀ ਸੁਣਦੇ ਹਾਂ, ਅਤੇ ਬਾਈ ਹੋਰਾਂ ਤੋਂ ਵੀ ਸੁਣਦੇ ਹਾਂ ਵੀ ਕੀ ਇਹਦੇ ਵਿੱਚ ਖਾਸ ਅਪਡੇਟ ਕੀਤਾ ਜੀ। ਮੁਬਾਰਕਾਂ ਬਾਈ ਜੀ, ਤੁਹਾਨੂੰ ਬਹੁਤ ਵਧੀਆ। ਕਿਹੜਾ ਪਿੰਡ ਆਪਣਾ ਜੀ? ਪਿੰਡ ਹੈ ਹੋਇਆ ਨਗਰ ਸਿਆਲਕਾ ਜੀ। ਕਿਵੇਂ ਲੱਗਿਆ ਫਿਰ ਇਹ ਬਿੱਲ? ਬਹੁਤ ਵਧੀਆ ਲੱਗਿਆ ਜੀ। ਬਹੁਤ ਵਧੀਆ ਲੱਗਿਆ ਅਤੇ ਕਹਿ ਦਿਨ ਹੋ ਗਏ ਟ੍ਰਾਇਲ 'ਤੇ ਫਿਰ ਤੁਹਾਡੇ ਕੋਲ ਹੋਣਾ? ਟ੍ਰਾਇਲ ਅਸੀਂ ਉੱਥੋਂ ਵੀ ਕਰਾ ਕੇ ਲੈ ਗਿਆ ਜੀ। ਅੱਛਾ, 2 ਕਿੱਲੇ ਉੱਥੋਂ ਬੰਨ ਗਿਆ ਆ। ਅੱਛਾ, ਕੋਈ ਵੀ ਗੱਠ ਖੁੱਲਣ ਦੀ ਪ੍ਰੋਬਲਮ ਨਹੀਂ ਲੱਗੀ। ਓਕੇ, ਅਸੀਂ ਗੁਰਬਾਜ ਕੰਪਨੀ ਤੋਂ ਆ, ਸਾਡਾ ਜਿਹੜਾ ਇਨਲਾਈਨ ਸਟੋਵ ਬੇਲਰ ਆ ਰਿਹਾ, ਅਤੇ ਮੈਂ ਅੱਜ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਸਾਡੇ ਮਸ਼ੀਨ ਬਾਰੇ ਦੱਸਣ। ਪਿਛਲੇ ਸਾਲ ਅਸੀਂ ਇਹ ਮਸ਼ੀਨ ਮਾਨ ਸਾਹਿਬ ਨੂੰ ਦਿੱਤੀ ਸੀ, ਅਤੇ ਇਹਨਾਂ ਨੇ ਇੱਕ ਸੀਜ਼ਨ ਪੂਰਾ ਦੱਬ ਕੇ ਮਸ਼ੀਨ ਚਲਾਈ ਹੈ, ਅਤੇ ਮੈਂ ਇੱਕ ਵਾਰ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਸਾਡੀ ਮਸ਼ੀਨ ਬਾਰੇ ਦੱਸਣ ਕਿ ਪਿਛਲੇ ਸਾਲ ਇਹਨਾਂ ਨੂੰ ਸਾਡੀ ਮਸ਼ੀਨ ਕਿਵੇਂ ਲੱਗੀ। ਹਾਂਜੀ ਮਾਨ ਸਾਹਿਬ ਦੱਸੋ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਬਾਈ ਜੀ, ਗੱਲ ਇੱਦਾਂ ਜੀ, ਪਿਛਲੇ ਸਾਲ ਆਪਾਂ ਨੂੰ ਗੁਰਬਾਜ ਕੰਪਨੀ ਨੇ ਡੈਮੋ ਦਿੱਤਾ ਸੀਗਾ, ਇਹਦਾ ਪੂਰਾ ਸੀਜ਼ਨ ਆਪਾਂ ਨੇ ਮਸ਼ੀਨ ਚਲਾਈ ਹੈ। ਬਹੁਤ ਹੀ ਵਧੀਆ ਮਸ਼ੀਨ ਹੈ, ਜਿਹੜਾ ਇਹ ਜਪਾਨੀ ਬੇਲਰ ਹੈ, ਅਤੇ ਅਸੀਂ ਜਦੋਂ ਮਸ਼ੀਨ ਚਲਾਈ ਆ, ਇੱਕ ਤਾਂ ਵਜ਼ਨ ਬਹੁਤ ਆਉਂਦਾ ਗੱਠ ਦਾ, ਮੇਨ ਗੱਲ ਇਹ ਹੁੰਦੀ ਆ ਵੀ ਇਹਦਾ ਟਾਈਟਨੈਸ ਤਕੜੀ ਆ ਪੂਰੀ, ਐਨ ਜਿਵੇਂ ਕਹਿੰਦਾ ਵੀ ਵਜ਼ਨ ਪ੍ਰੈਸ਼ਰ ਬਹੁਤ ਵਧੀਆ ਇਹਦਾ। ਅਤੇ ਉਹ ਤੋਂ ਬਾਅਦ ਹੋਰ ਜਿਹੜੀਆਂ ਗੱਲਾਂ ਨੇ ਤੁਹਾਨੂੰ ਆ ਜਾਓ ਨਾਲ ਦੀ ਨਾਲ ਤੁਹਾਨੂੰ ਦੱਸਦੇ ਹਾਂ। ਬਾਈ ਜੀ, ਇਹ ਐਸੀ ਮਸ਼ੀਨ ਹੈ, ਨਾ ਇਹਦਾ ਕੋਈ ਟਾਇਰਾਂ 'ਤੇ ਅਸਰ ਪਵੇ, ਨਾ ਟਰੈਕਟਰ ਨੂੰ ਚੇ ਝੂਟਾ ਹੀ ਨਹੀਂ ਮਾਰਦੀ, ਬਿਲਕੁਲ ਬਿਲਕੁਲ ਸਮੂਥ ਚੱਲਣ ਵਾਲੀ ਮਸ਼ੀਨ ਹੈ। ਤੁਸੀਂ ਵੀਡੀਓ ਫਿਰ ਚਲਾ ਕੇ ਦਿਖਾਉਂਦੇ ਹਾਂ ਤੁਹਾਨੂੰ, ਮੈਂ ਕਹਿੰਦਾ ਜੀ 10 ਵਾਰ ਦੇਖਿਓ, ਦੁਬਾਰਾ ਵੀਡੀਓ ਬਣਾ ਕੇ ਲੈ ਜਾਓ ਇਸ ਟਰੈਕਟਰ ਦੀ, ਜੇ ਕੋਈ ਟਾਇਰ ਵਿੰਗਾ ਡੇਢਾ ਘਸਿਆ ਹੋਇਆ ਜਾਂ ਕੋਈ ਝੂਟਾ ਮਾਰਦੀ ਹੋਈ ਮਸ਼ੀਨ, ਤੁਹਾਨੂੰ ਵੀਡੀਓ ਦੁਬਾਰਾ ਬਣਾ ਕੇ ਦਿਖਾਵਾਂਗੇ। ਬਾਕੀ ਮਸ਼ੀਨਾਂ ਤੋਂ ਬਾਅਦ ਡਰਾਈਵਰ ਨਾ ਰੋਟੀ ਖਾਣ ਵੇਲੇ ਵੀ ਇਹ ਹਿੱਲੀ ਜਾਂਦਾ। ਹਾਂ ਬਸ ਮਾਨ ਸਾਹਿਬ, ਉਹਦੇ ਬਾਰੇ ਦੱਸਿਓ ਵੀ ਆਪਣੀ ਫੀਲਿੰਗ ਕਿਵੇਂ ਲੈਂਦਾ। ਨਹੀਂ ਨਹੀਂ, ਆਪਣੀ ਤਾਂ ਗੁੱਡ ਫੀਲਿੰਗ ਹੋਊਗੀ ਪੂਰੀ ਵਧੀਆ, ਅਤੇ ਵਧੀਆ ਮੌਜਾਂ ਨਾਲ ਚਲਾ ਸਕਦਾ ਬੰਦਾ ਆਰਾਮ ਨਾਲ, ਐ ਜੇ ਮਤਲਬ ਵੀ ਚੰਗੇ ਸੁਭਾਅ 'ਚ ਚਲਾ ਸਕਦਾ ਬੰਦਾ, ਇਹ ਵੀ ਚੁੱਟੜਾ ਬੰਨ ਨਹੀਂ ਆਊਗਾ। ਵੱਧ ਤੋਂ ਵੱਧ 50 ਪਾਵਰ ਜੀ, ਇਹਦੇ ਵੱਧ ਲੋੜ ਨਹੀਂ ਹੈਗੀ। ਇੱਕ ਥੋੜ੍ਹਾ ਜਿਹਾ ਹੋਰ ਕਲੀਅਰ ਕਰ ਦਿਓ, ਜਿਵੇਂ ਕਹਿੰਦੇ ਨੇ ਵੀ 3 ਸਿਲੰਡਰ ਟਰੈਕਟਰ ਨਹੀਂ ਚੱਲਦਾ। ਬਾਈ ਜੀ, 3 ਚੱਲਦੇ ਨੇ ਸਾਰੇ, ਠੀਕ ਹੈ ਜੀ, 3 ਸਿਲੰਡਰ ਜਿਹੜਾ ਮਰਜ਼ੀ ਚਲਾਓ, ਜਿਹੜਾ ਮਰਜ਼ੀ ਟਰੈਕਟਰ ਚਲਾਓ। ਦੇਖੋ ਪਹਿਲੀ ਗੱਲ ਹੈ ਜੀ, ਆਮ ਜਿਹੜੀਆਂ ਬਾਕੀ ਮਸ਼ੀਨਾਂ ਨੇ ਉਹ ਪੈਂਦੀਆਂ ਨੇ ਹੁੱਕ 'ਚ, ਹੁੱਕ 'ਚ ਪਾਉਣ ਕਰਕੇ ਫਿਰ ਆਪਾਂ ਨੂੰ ਨਾ ਇੱਕ ਪਾਈਪ ਲਾਉਣਾ ਪੈਂਦਾ ਹਾਈਡ੍ਰੋਲਿਕ ਵਾਲਾ ਬੇਕਅਪ ਨੂੰ ਚੱਕਣ ਲਈ। ਉਹ ਫਾਹਾ ਵੱਢਤਾ ਇਸ ਕੰਪਨੀ ਨੇ, ਆਹ ਲਿੰਕਾਂ 'ਚ ਪਾ ਦੀਆਂ ਮਸ਼ੀਨ, ਆਪਣਾ ਇੱਥੋਂ ਜਦੋਂ ਮਰਜ਼ੀ ਬਟਨ ਟਪਾਉਣੀ, ਆਪਣੀ ਡੋਲ ਟਪਾਉਣਾ, ਖਾਲ ਟਪਾਉਣੀ ਹੈ, ਇੱਥੋਂ ਹੀ ਪਿਕਅਪ 'ਚ ਤਾਂ ਹੋ ਜਾਣੀ ਹੈ ਆਪਾਂ ਨੂੰ। ਉਹ ਪਾਈਪ ਰੋਜ਼ ਲਾਉਣ ਦੀ ਹੋਣੀ, ਨਾ ਤੇਲ ਕਾਲਾ ਹੋਵੇ ਟਰੈਕਟਰ ਆਪਣਾ, ਨਾ ਤੇਲ ਲੀਕ ਹੋਵੇ ਬਿਲਕੁਲ। ਉਹ ਤੋਂ ਬਾਅਦ ਜੀ ਆ ਜਾਓ ਤੁਸੀਂ ਪਿਕਅਪ, ਪਿਕਅਪ ਲਗਭਗ ਇਹਦੀ 1900 mm ਦੀ ਆ, ਬਾਕੀ ਮਸ਼ੀਨਾਂ ਨਾਲੋਂ ਵੱਡੀ ਹੈ, ਖੁੱਲ੍ਹੀ ਆ, ਮਾਲ ਖਿੱਚਣ ਦੀ ਕਪੈਸਿਟੀ ਦੂਜਿਆਂ ਨਾਲੋਂ ਵਾਧੂ ਹੈ, 1 ਮਿੰਟ ਵੀ ਜਾਣੀ ਇਹਦੇ ਚੋਕ ਆਉਣ ਦਾ ਬਿਲਕੁਲ ਡਰ ਨਹੀਂ ਹੈਗਾ ਆਪਾਂ ਨੂੰ।
ਤੇ ਦੂਜਾ ਗੱਲ ਹੋਰ ਮਸ਼ੀਨ ਅਸੀਂ ਚਲਾਉਂਦੇ ਮਤਲਬ ਪਤਾ ਸਾਨੂੰ ਉਹਦਾ ਮੇਨ ਪ੍ਰੋਬਲਮ ਆਉਂਦੀ ਜਿਹੜੀ ਮੇਨ ਚੇਨ ਹੈ ਟੁੱਟ ਜਾਂਦੀ ਸੀਗੀ ਉਹਦੇ ਮਤਲਬ ਤੋਂ ਬਾਅਦ 60 ਨੰਬਰ ਚੇਨ ਪਾਉਂਦੇ ਸੀਗੇ ਕੰਪਨੀ ਵਾਲੇ ਇਹਨਾਂ ਨੇ ਇਹ ਜਿਹੜੀ ਰਾਊਂਡ ਬੇਲਰ ਚੇਨ ਆਉਂਦੀ ਆ 120 mm ਦੀ ਉਹ ਚੇਨ ਪਾਈ ਹੋਈ ਹੈ ਇਹਦੇ 'ਚ ਦੇਖੋ ਤੁਸੀਂ ਚੇਨ ਕਿੰਨੀ ਭਾਰੀ ਆ ਇੱਕ ਆਹ 3 ਨਟ ਟੁੱਟਦੇ ਸੀਗੇ ਇਹ ਇਹਨਾਂ ਨੇ ਇਹਨਾਂ ਦੇ ਮੋਟੇ ਉਦੋਂ ਵਧੀਆ ਕਰਵਾ ਤੇ ਹੈਵੀ ਕਰਵਾ ਤੇ ਮੰਨ ਲਓ ਇਹ ਨੁਕਸ ਕੱਢਤਾ ਚੇਨ ਕਿਉਂ ਟੁੱਟਦੀ ਤੀ ਸੁੱਕ ਜਾਂਦੀ ਤੀ ਗਰਦ ਪੈ ਕੇ ਉਹਦੇ ਕਰਕੇ ਚੇਨ ਸੁੱਕਣ ਕਰਕੇ ਹਾਰਡਨੈਸ ਹੋਣ ਕਰਕੇ ਟੁੱਟ ਜਾਂਦੀ ਇਹਨਾਂ ਨੇ ਇੱਥੇ ਇਹਦਾ ਸੈਂਸਰ ਲਵਾਤਾ ਆਹ ਸੈਂਸਰ ਲੱਗਿਆ ਨਾਲ ਦੇ ਬਰੱਸ਼ ਲਵਾਤਾ ਬਰੱਸ਼ ਦੇ ਨਾਲ ਇਹਨੂੰ ਓਇਲਿੰਗ ਹੋਈ ਜਾਣੀ ਆਪਣੇ ਆਪ ਆਟੋਮੈਟਿਕ ਓਇਲਿੰਗ ਹੋਣੀ ਹਾਂ ਲੂਬਰੀਕੇਟ ਹੋ ਜਾਣੀ ਨਾਲ ਦੀ ਨਾਲ ਲੂਬਰੀਕੇਟ ਹੋਈ ਜਾਣਾ ਇਹਨੂੰ ਜੀ ਅਤੇ ਉਹ ਤੋਂ ਬਾਅਦ ਤੁਹਾਨੂੰ ਪਿੱਛੇ ਦਿਖਾਉਂਦਾ ਜਿਹੜਾ ਇਹਦਾ ਸਿਸਟਮ ਆ ਸਾਰਾ ਉਹ ਸਾਰਾ ਆਟੋ ਆ ਜਿੱਦਾਂ ਤੁਸੀਂ ਮੰਨ ਲਓ ਵੀ ਇਹ ਮੇਨ ਕੰਮ ਹੈ ਮਸ਼ੀਨ ਦੇ ਵਿੱਚ ਸਾਰਾ ਤੁਹਾਨੂੰ ਦੱਸ ਦੇਵਾਂ ਨੋਟਰਾਂ ਦਾ ਇਹ ਐਸੇ ਰੋਡਰ ਲੱਗੇ ਨੇ ਵੀ ਗੱਠ ਤਿੰਨਾਂ ਨੇ ਖੋਲ੍ਹਣੀ ਉਹ ਨਹੀਂ ਕਦੇ ਦੂਜੀ ਗੱਲ ਹੁੰਦੀ ਆ ਫਿਰ ਆਪਾਂ ਨੂੰ ਗਰੀਸ ਸਿੰਘ ਦੀ ਸਵੇਰੇ ਸਵੇਰੇ 2 ਘੰਟੇ ਲੱਗ ਜਾਂਦੇ ਨੇ ਗਰੀਸ ਕਰਨ ਨੂੰ ਇਹਦੇ ਜਿਹੜੇ ਮੰਨ ਲਓ 30 ਤੋਂ 35 ਪੁਆਇੰਟ ਨੇ ਉਹ ਇਹਨਾਂ ਨੇ ਆਟੋ ਕਰਾਤੇ ਠੀਕ ਹੈ ਜੀ ਆਟੋ ਲੁਬਰੀਕੈਂਟ ਹੋਊਗਾ ਤੁਸੀਂ ਆਹ ਲੁਬਰੀਕੈਂਟ ਵਿੱਚ ਪਿਆ ਹੋਇਆ ਇੱਕ ਦਿਨ ਇੱਕ ਵਾਰੀ ਪਾ ਕੇ 5-7 ਦਿਨ ਉਹਦੀ ਆਪਾਂ ਨੂੰ ਮੁੜ ਕੇ ਪਾਉਣ ਦੀ ਲੋੜ ਨਹੀਂ ਪੈਣੀ ਸੈਂਸਰ ਲੱਗਿਆ ਜਦੋਂ ਉਹਨੇ ਗਰਮ ਹੋਣਾ ਆਟੋਮੈਟਿਕ ਟਾਈਮਿੰਗ ਵੀ ਲੱਗਿਆ ਤੁਸੀਂ ਟਾਈਮ ਵੀ ਸੈੱਟ ਕਰ ਸਕਦੇ ਹੋ ਸੈਂਸਰ ਨੇ ਆਪਣੇ ਆਪ ਹੀ ਦੇ ਦੇਣਾ ਇਹਨੂੰ ਗਰੀਸ ਜਦੋਂ ਲੋੜ ਪੈਣੀ ਹੈ ਆਪਾਂ ਨੂੰ ਛੇੜਨ ਦੀ ਲੋੜ ਨਹੀਂ ਪੈਣੀ ਮੁੜ ਕੇ ਉਹਦਾ ਹਾਈਡ੍ਰੋਲਿਕ ਸਿਸਟਮ ਮਸ਼ੀਨ ਦੇ ਇਨਵਰਟਰ ਨਾਲ ਦਿੱਤਾ ਹੋਇਆ ਹਾਂ ਬਿਲਕੁਲ ਆ ਹਾਈਡ੍ਰੋਲਿਕ ਸਿਸਟਮ ਨਾਲ ਲੱਗਿਆ ਉਹਦਾ ਕਾਰਨ ਇੱਕ ਲੁਬਰੀਕੈਂਟ ਦਾ ਤੁਹਾਨੂੰ ਹੋਰ ਦੱਸ ਦਿੰਦਾ ਹਰ ਸਾਲ ਜਿੰਨੇ ਬੰਦੇ ਬੇਲਰ ਚਲਾਉਂਦੇ ਨੇ ਹਰ ਸਾਲ ਪਹਿਲਾਂ ਨੋਟਰ ਦਾ ਕੰਮ ਕਰਾਉਣਾ ਪੈਂਦਾ 1-1.5 ਲੱਖ ਨੋਟਰ ਤੇ ਲਾਉਣਾ ਪੈਂਦਾ ਇਹਦੇ ਐਸਾ ਕੰਮ ਹੋ ਗਿਆ ਘੱਟੋ ਘੱਟ 4-5 ਸਾਲ ਲੋੜ ਹੀ ਨਹੀਂ ਪੈਣੀ ਨੋਟਰ ਨੂੰ ਹੱਥ ਲਾਉਣ ਦੀ ਕਿਉਂਕਿ ਇਹਨੂੰ ਗਰੀਸਿੰਗ ਰੋਜ਼ ਦੀ ਰੋਜ਼ ਹੋ ਜਾਣੀ ਹੈ ਦਿਨ 'ਚ 20-25-50 ਵਾਰ ਹੋ ਜਾਣੀ ਤੁਹਾਡੀ ਮਰਜ਼ੀ ਹੈ ਜਿੰਨੀ ਵਾਰੀ ਮਰਜ਼ੀ ਅੱਧੇ ਘੰਟੇ ਸੈੱਟ ਕਰ ਲਓ 15 ਮਿੰਟ ਸੈੱਟ ਕਰ ਲਓ ਤੁਹਾਡੀ ਮਰਜ਼ੀ ਹੈ ਆਹ ਸਾਰਾ ਸਿਸਟਮ ਲੱਗਿਆ ਆਟੋਮੈਟਿਕ ਟਾਈਮਰ ਲੱਗਿਆ ਹੋਇਆ ਨਾ ਟਾਈਮਰ ਲੱਗੇ ਨੇ ਜੀ ਟਾਈਮਰ ਸੈੱਟ ਕਰਨਾ ਤੁਸੀਂ ਆਪਣਾ ਟਾਈਮਰ ਸੈੱਟ ਕਰ ਸਕਦੇ ਹੋ ਆਹ ਗੱਠ ਤੁਸੀਂ ਦੇਖ ਲਈ ਪੂਰੀ ਭਾਰੀ ਬਣਾਉਂਦੀ ਆ ਠੀਕ ਹੈ ਕਿ ਉਹਦਾ ਕੋਈ ਇੱਦਾਂ ਦੀ ਉਹ ਨਹੀਂ ਕੰਪਲੇਂਟ ਨਹੀਂ ਕੋਈ ਹੈਗੀ ਅਤੇ ਆਹ ਚੱਕ ਕੇ ਦੇਖ ਲਓ 35-40 ਕਿਲੋ ਦੀ ਗੱਠ ਹੈ ਤੁਸੀਂ ਆਪ ਦੇਖ ਲਓ ਦੋਨੇ ਆ ਗਏ ਇਹ ਹਾਂਜੀ ਇਹਦੇ ਜਿਹੜਾ ਪ੍ਰੈਸ਼ਰ ਸਿਸਟਮ ਹੈ ਗੱਠ ਦਾ ਉਹ ਹਾਈਡ੍ਰੋਲਿਕ ਵੀ ਹੈ ਇੱਧਰ ਮੈਨੂਅਲ ਵੀ ਲੱਗਿਆ ਇਹਨੂੰ ਘੁਮਾ ਵੀ ਸਕਦੇ ਹਾਂ ਆਪਾਂ ਘੁਮਾ ਕੇ ਵੀ ਕਰ ਸਕਦੇ ਹਾਂ ਮੈਨੂਅਲ ਵੀ ਕਰ ਸਕਦੇ ਤੁਹਾਡੀ ਮਰਜ਼ੀ ਹੈ ਤੁਸੀਂ ਕਿਹਦੇ ਚਲਾਉਣੀ ਹੈ ਜੇ ਕਿਤੇ ਕੋਈ ਬਹੁਤਾ ਗੰਦਾ ਮਾਲ ਹੈ ਤਾਂ ਦੋਵੇਂ ਵੀ ਆਪਾਂ ਸੈੱਟ ਕਰ ਸਕਦੇ ਕਿੰਨਾ ਕੁ ਵੇਟ ਹੋ ਜਾਂਦਾ ਗੱਠ ਦਾ ਆਪਣੇ ਬਾਈ ਜੀ 35-40 ਕਿਲੋ ਦੀ ਆਮ ਗੱਠ ਬਣਾਉਂਦੀ ਹੈ ਹਾਂ ਬਣਾਉਂਦੀ ਹੈ ਗੱਠ ਤੁਸੀਂ ਦੇਖ ਲਓ ਇੱਕ ਵੀ ਖੋਲ੍ਹ ਵੀ ਦਿਖਾ ਦਿਓ ਬਾਈ ਜੀ ਪਿਛਲੇ ਸਾਲ ਆਪਣੇ ਕੋਲ ਇਹ ਡੈਮੋ ਆਈ ਸੀ ਮਸ਼ੀਨ ਆਪਾਂ ਪੂਰਾ ਸੀਜ਼ਨ ਚਲਾਈ ਹੈ ਪੂਰਾ ਸੀਜ਼ਨ ਚਲਾ ਕੇ ਫਿਰ ਇਹਨਾਂ ਨੂੰ ਜੋ ਵੀ ਕੋਈ ਪ੍ਰੋਬਲਮਾਂ ਸੀਗੀਆਂ ਉਹਨੂੰ ਦੱਸੀਆਂ ਉਦੋਂ ਉਹ ਮਸ਼ੀਨ ਆਹ ਆਟੋ ਲੁਬਰੀਕੈਂਟ ਨਹੀਂ ਸੀਗੀ ਜਿਹੜੀ ਪਹਿਲੀ ਮਸ਼ੀਨ ਸਾਨੂੰ ਦਿੱਤੀ ਸੀਗੀ ਇਹਨਾਂ ਨੂੰ ਫਿਰ ਦੱਸਿਆ ਵੀ ਆਹ ਜਦ ਨੂੰ ਮੇਨ ਪ੍ਰੋਬਲਮ ਆਉਂਦੀਆਂ ਨੇ ਰੋਜ਼ ਗਰੀਸਿੰਗ ਕਰਨੀ ਪੈਂਦੀ ਫਿਰ ਇਹਨਾਂ ਨੇ ਆਪ ਗਏ ਇਹ ਜੀ ਐਮ ਸਾਹਿਬ ਅਤੇ ਇਹਨਾਂ ਦੇ ਮਾਲਕ ਸਰਦਾਰ ਜਗਤਾਰ ਸਿੰਘ ਉਹ ਗਏ ਉੱਥੇ ਜਾਪਾਨ ਉੱਥੋਂ ਜਾ ਕੇ ਫਿਰ ਆਹ ਸਾਰਾ ਸਿਸਟਮ ਨਵਾਂ ਕਰਵਾਇਆ ਇਹਨਾਂ ਨੇ ਇਹ ਵੀ ਬਹੁਤ ਜਿਹੜਾ ਬੰਦਾ ਡਰਾਈਵਰ ਕੋਈ ਚਲਾਉਂਦਾ ਉਹਦੇ ਨਾਲ ਆਪਣੀ ਗੱਲਬਾਤ ਹੋ ਸਕਦੀ ਕੋਈ ਕਿਹਦੇ ਨਾਲ ਜੀ ਮੈਂ ਉਹ ਡਰਾਈਵਰ ਆ ਖੁਦ ਮੈਨੂੰ ਪੁੱਛੋ ਕਿ 10 ਸਾਲ ਤੋਂ ਅਸੀਂ ਮਸ਼ੀਨਾਂ ਹੀ ਚਲਾਉਂਦੇ ਆ ਭਰਾ ਜੀ ਨਹੀਂ ਕੋ ਆਪਣੇ ਕਿਸਾਨ ਖੜੇ ਸੀ ਨਾਲ ਪਹਿਲਾਂ ਕਿਹੜੇ ਉਹ ਵੀ ਹੈਗੇ ਬਾਪੂ ਜੀ ਇੱਥੇ ਵੀ ਹੈਗੇ ਨੇ ਅੱਜ ਹੈਗੇ ਨੇ ਆਜੋ ਬਾਪੂ ਜੀ ਫਾਰਮਰ ਪੈਣ ਗਿਆ ਨਾਲ ਹੀ ਕਿਸਾਨ ਆ ਗਏ ਹਾਂ ਅਸੀਂ ਵੀ ਚਲਾਉਂਦੇ ਆ ਅਸੀਂ ਵੀ ਚਲਾਉਂਦੇ ਆਪੇ ਚਲਾਉਂਦੇ ਆ ਹੁਣ ਠੀਕ ਆ ਚੰਗੇ ਕੱਪੜੇ ਪਾਉਣ ਲੱਗੇ ਅੱਜ ਦੀ ਡੈਮੋ ਲਈ ਹੈ ਜੀ ਆਪਣੇ ਹੱਥੀ ਮੈਂ ਤੇ ਇਹਨੇ ਮਤਲਬ ਬਹੁਤ ਵਧੀਆ ਸਾਨੂੰ ਸੋਸ ਦਿੱਤਾ ਵਾ ਇੱਕ ਗੰਢ ਨਹੀਂ ਦੋਵਾਂ ਚੌਵਾਂ ਕਿੱਲਿਆਂ ਦੇ ਵਿੱਚ ਵੀ ਇਹਨੇ ਇੱਕ ਗੰਢ ਨਹੀਂ ਖੋਲ੍ਹੀ ਕੋਈ ਸਾਫਟ ਝੂਟਾ ਚੱਟ ਨਹੀਂ ਮਾਰਦੀ ਨਹੀਂ ਕੋਈ ਸਾਫਟ ਝੂਟਾ ਨਹੀਂ ਮਾਰਦੀ ਜੀ ਕੋਈ ਟੈਟ ਝੂਟਾ ਨਹੀਂ ਮਾਰਦਾ ਬਹੁਤ ਸਾਫ ਚੱਲਦੀ ਹੈ ਮਸ਼ੀਨ ਕੋਈ ਚ ਪ੍ਰੋਬਲਮ ਨਹੀਂ ਮਸ਼ੀਨ ਦੇ ਵਿੱਚ ਜਿਹਨੇ ਦੇ ਬਾਈ ਨਹੀਂ ਕੋਈ ਆਪਾਂ ਕਹਿ ਸਕਦੇ ਨਹੀਂ ਨਹੀਂ ਕੋਈ ਬਾਈ ਵਿਸ਼ ਆਪਾਂ ਨੇ ਪੌਣਾ ਕੁ ਲੀਟਰ 32 ਨੰਬਰ ਆਇਲ ਪਾਉਣਾ ਤਕਰੀਬ ਤੁਹਾਨੂੰ 5-7 ਦਿਨ ਆਪਾਂ ਨੂੰ ਮੌਜ ਰਹਿਣੀ ਹੈ ਮੁੜ ਕੇ ਤੇਲ ਪਾਉਣ ਦੀ ਲੋੜ ਨਹੀਂ ਪੈਣੀ ਯਾਨੀ ਆਪਣੇ ਆਪ ਸਾਰੇ ਦੋਨਾਂ ਨੋਟਰਾਂ ਨੂੰ ਆਪਣੇ ਆਪ ਇਹਨੇ ਓਇਲਿੰਗ ਕਰੀ ਜਾਣੀ ਹੈ ਗਰੀਸਿੰਗ ਕਰੀ ਜਾਣੀ ਹੈ ਅਤੇ ਆਪਾਂ ਨੂੰ ਮੁੜ ਕੇ ਕਦੇ ਇਹਨੂੰ ਗਰੀਸ ਕਰਨ ਦੀ ਲੋੜ ਨਹੀਂ ਪੈਣੀ ਜਿਹੜੀ ਕਿ ਸਵੇਰੇ ਆਪਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਗਰੀਸਿੰਗ ਦੀ ਆਉਂਦੀ ਸੀ ਟਾਈਮ ਕਿਸ ਲੱਗਿਆ ਹੋਇਆ ਜੀ ਟਾਈਮ ਸੈੱਟ ਕਰ ਸਕਦੇ ਹਾਂ ਤੋਂ ਆਪਾਂ ਹਾਂਜੀ 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 ਲੱਗਿਆ ਹੋਇਆ ਟਾਈਮ ਸੈੱਟ ਵਾਲਾ ਸਾਰਾ ਜੀ ਵਿੱਚ ਇਹਦੇ ਹਾਂ ਬਾਕੀ ਜੇ ਨਾ ਵੀ ਟਾਈਮ ਸੈੱਟ ਕਰੀਏ ਤਾਂ ਇਹਨੇ ਆਟੋਮੈਟਿਕ ਆਪਣੇ ਆਪ ਇਹਨੇ ਜਦੋਂ ਇਹਨੇ ਗਰਮ ਹੋਣਾ ਮੰਨ ਲਓ ਕਿਸੇ ਵੀ ਚੀਜ਼ ਨੇ ਤਾਂ ਉਨੀ ਕਿ ਇਹਨੂੰ ਨਾਲ ਦੀ ਨਾਲ ਓਇਲਿੰਗ ਕਰਕੇ ਇਹਨੂੰ ਸਹੀ ਸੈੱਟ ਕਰ ਦੇਣਾ ਪੂਰਾ ਆਟੋ ਲੁਬਰੀਕੇਟ ਹੈ।
ਇਹਨੂੰ ਕਿਸੇ ਦੀ ਚੀਜ਼ ਦੀ ਲੋੜ ਨਹੀਂ ਸਟਕਾ। ਹਾਂਜੀ ਹਾਂਜੀ ਬੋ ਚੱਕਦੇ ਜਿੱਥੇ ਬੈਰਿੰਗ ਸੀ ਹੁਣ ਇਹਦੇ ਬੈਰਿੰਗ ਪਾ ਤੇ। ਹਾਂਜੀ ਦੱਸਦਾ ਜੀ ਜਿੱਥੇ ਮੰਨ ਲਓ ਪਿਸਟਨ ਚੱਲਦਾ ਉੱਥੇ ਬੁਸ਼ ਸੀਗੇ, ਉਹ ਬੁਸ਼ ਰੋਜ਼ ਮਤਲਬ ਵੀ 100-150 ਕਿੱਲੇ ਬਾਅਦ ਮਰ ਜਾਂਦੇ ਸੀਗੇ, ਸਭ ਨੂੰ ਪਤਾ ਜਿੰਨੇ ਬੇਲਰ ਵਾਲੇ ਬੰਦੇ ਨੇ, ਅਤੇ ਉਹ ਫਾਹ ਵੜਦਾ ਮੁੜ ਕੇ ਛੇੜਨ ਦੀ ਲੋੜ ਹੀ ਨਹੀਂ ਹੈਗੀ। ਠੀਕ ਹੈ ਨਹੀਂ ਤੁਸੀਂ ਕਹਿੰਦੇ ਗਣਾਸੇ ਬਦਲੋ, ਜਿਹੜੇ ਆਪਾਂ ਟੋਕੇ ਨੇ ਉਹ ਬਦਲ ਦੋ, ਬਾਅਦ ਵਾਲੀ ਮਸ਼ੀਨ ਚਲਾਓ, ਹੋਰ ਤੁਹਾਨੂੰ ਕੁਛ ਨਹੀਂ ਲੋੜ ਪੈਣੀ ਹੈਗੀ। ਬੈਰਿੰਗ ਕਰਤੇ ਜੀ, ਉਹ ਬੈਰਿੰਗ ਵਾਲਾ ਕੰਮ ਕਰਤਾ ਉਹਦੇ 'ਚ, ਬੁਸ਼ਾਂ ਵਾਲਾ ਜਿਹੜਾ ਜੂੜ ਸੀਗਾ ਵੜਤਾ। ਅਤੇ ਆਹ ਜਿਵੇਂ ਮੰਨ ਲਓ ਆਮ ਮਸ਼ੀਨਾਂ ਦੇ ਵਿੱਚ ਤਿੰਨ ਗੋਲੇ ਇੱਕ ਪਾਸੇ ਲੱਗ ਸਕਦੇ ਨੇ, ਇਹ 'ਚ 5 ਗੋਲਿਆਂ ਦਾ ਪਹਿਲਾਂ ਹੀ ਇਹਨਾਂ ਨੇ ਕਪੈਸਿਟੀ ਬਣਵਾਈ ਆ, ਵੀ ਡਰਾਈਵਰ ਨੂੰ ਵੀ ਕਿਸਾਨ ਨੂੰ ਵੀ ਸੌਖਾ ਰਹੇ, ਜਿਹੜਾ ਬੇਲਰ ਮਾਲਕ ਹੈ ਔਰ ਬੇਲਰ ਚਲਾਉਣਾ ਡਰਾਈਵਰ ਨੂੰ ਵੀ ਵਾਰ ਵਾਰ ਨਾ ਪਾਉਣੇ ਪੈਣਾ। ਮਤਲਬ ਅੱਧੀ ਪਾਉਣੀ ਦਿਹਾੜੀ ਆਰਾਮ ਦੇ ਨਾਲ ਲੰਘ ਜੂਗੀ ਇੱਕ ਵਾਰ ਪਾ ਕੇ, ਇਹ 10 ਗੋਲੇ ਇੱਕ ਵਾਰ 'ਚ ਪੈ ਸਕਦੇ ਨੇ, ਇੱਦਾਂ ਦਾ ਜੀ ਬਣਾਇਆ ਸਿਸਟਮ। ਹਾਂਜੀ ਡਿਸਪਲੇ ਡਰਾਈਵਰ ਨੂੰ ਦਿਖਦਾ, ਡਰਾਈਵਰ ਗਿਣਦੀ ਵੀ ਇਹ ਵੀਰ ਜੀ, ਗੱਠਾਂ ਗਿਣਦੀ ਆ, ਅਤੇ ਇਹਦਾ ਜਿਹੜਾ ਡਿਜੀਟਲ ਮੀਟਰ ਲੱਗਿਆ, ਦੂਜੀਆਂ ਕੰਪਨੀਆਂ ਦੇ ਆਮ ਲੱਗਿਆ ਹੁੰਦਾ ਉਹ ਕੜਕੜ ਕਰਕੇ ਚੱਲਦੇ ਨੇ, ਇਹ ਮੀਟਰ ਡਿਜੀਟਲ ਮੀਟਰ ਲੱਗਿਆ, ਦੇਖੋ ਤੁਹਾਡੇ ਸਾਹਮਣੇ ਇਹਨੇ ਜਿੰਨੀਆਂ ਗੱਠਾਂ ਬਣਾਈਆਂ ਨੇ ਉਹ ਆਈਆਂ ਹੋਈਆਂ ਨੇ। ਇਹਨੂੰ 0 ਆਪਾਂ ਸਵੇਰੇ ਕਰ ਲਓ ਅਤੇ ਸ਼ਾਮ ਨੂੰ ਆਪਣੀਆਂ ਗੱਠਾਂ ਵੀ ਗਿਣ ਸਕਦੇ ਹਾਂ, ਬੰਦਾ ਅੰਦਾਜ਼ਾ ਵੀ ਲਾ ਸਕਦਾ ਮੇਰੇ ਕੋਲ ਕਿੰਨੀਆਂ ਗੱਠਾਂ ਬਣੀਆਂ ਨੇ, ਕਿੱਲੇ ਕਿੰਨੇ ਕਿੱਲੇ ਬਣੇ ਨੇ, ਉਸ ਹਿਸਾਬ ਨਾਲ ਅੰਦਾਜ਼ਾ ਲੱਗਦਾ ਗੱਠਾਂ ਤੋਂ ਵੀ ਇੰਨੀਆਂ ਗੱਠਾਂ ਬਣੀਆਂ ਨੇ। ਜਿੰਨਾ ਦੇ ਇਹ ਚੀਜ਼ਾਂ ਨਹੀਂ ਹੈਗੀਆਂ ਇਹ 'ਚ ਲੱਗੀ ਆ, ਜਿਵੇਂ ਮਿੱਟੀ ਚੱਕਦੀ ਆ ਮਸ਼ੀਨ, ਆਮ ਸਾਰੀਆਂ ਮਸ਼ੀਨਾਂ ਚੱਕਣੀਆਂ ਹੁੰਦੀਆਂ ਥੱਲੋਂ ਜਦੋਂ ਖੇਤ ਦੇ ਵਿੱਚ ਚੱਲਣੀਆਂ ਖੁੱਲ੍ਹੇ ਦੇ, ਕਈ ਥਾਵਾਂ ਕੰਬਾਈਨਾਂ ਚੱਲੀਆਂ ਹੁੰਦੀਆਂ ਨੇ ਗਿੱਲੇ 'ਚ, ਉੱਥੇ ਅੜਾ ਦੁਗੜਾ ਹੋਈ ਹੁੰਦੀ ਆ ਜ਼ਮੀਨ, ਉੱਥੋਂ ਮਿੱਟੀ ਚੱਕ ਲੈਂਦੀ ਆ, ਉਹ ਮਿੱਟੀ ਸਾਰੀ ਇੱਥੇ ਖਤਮ ਹੋ ਜਾਣੀ ਹੈ। ਇਹ ਜਿਹੜੀ ਇਹ ਮਸ਼ੀਨ ਹੈ ਇਹ ਇੰਡਸਟਰੀਲਿਸਟ ਲਈ ਵਧੀਆ, ਕਿਉਂਕਿ ਮਿੱਟੀ ਨਹੀਂ ਜਾਊਗੀ, ਉਹਦੀ ਜਿਹੜਾ ਫਿਊਲ ਮਾਫੀ ਵੱਧ ਆਊਗੀ ਦੂਜੇ ਮਸ਼ੀਨਾਂ ਦੇ ਫਿਊਲ ਨਾਲੋਂ। ਠੀਕ ਆ ਬਾਈ ਜੀ, ਐਡਜਸਟੇਬਲ ਹਿੱਸੇ ਬਾਰੇ ਦੱਸਿਓ, ਕਿਵੇਂ ਐਡਜਸਟ ਹੁੰਦਾ, ਕਾਹਦੇ ਕਾਹਦੇ ਤੇ ਕੰਮ ਹੁੰਦਾ ਜਿਹੜਾ ਹਿੱਸਾ ਐਡਜਸਟੇਬਲ? ਇਹਦਾ ਵੀ ਜੀ ਹਿੱਸਾ ਜਿਹੜਾ ਹੈਗਾ ਐਡਜਸਟੇਬਲ ਹੈ, ਵੀ ਜੇ ਕਿਸੇ ਕਿਸਾਨ ਵੀਰ ਨੇ ਗੰਨੇ ਪੱਤੀ 'ਚ ਚਲਾਉਣਾ, ਹਾਂਜੀ, ਤਾਂ ਆਪਣੇ ਹਿਸਾਬ ਦੇ ਨਾਲ ਇਹਨੂੰ ਐਡਜਸਟ ਕਰ ਸਕਦਾ। ਠੀਕ ਹੈ ਜੀ, ਹਾਂਜੀ, ਕਿਉਂਕਿ ਕਈ ਥਾਵਾਂ 4 ਲੇਨ ਵਾਲਾ ਹੁੰਦਾ ਨਾ ਬਣਿਆ ਹੋਇਆ ਗੰਨਾ, ਜਾਂ 2 ਲੇਨ ਵਾਲਾ ਹੁੰਦਾ, ਅਲੱਗ ਅਲੱਗ ਤਰ੍ਹਾਂ ਦੇ ਬੀਜ ਬੀਜਦੇ ਨੇ ਅੱਜ ਕੱਲ੍ਹ ਬੰਦੇ, ਮਤਲਬ ਉੱਦਾਂ ਦੇ ਸਿਸਟਮ 'ਚ ਵੀ ਤਾਂ ਕੋਈ ਟ੍ਰੈਂਚ ਸਿਸਟਮ ਨਾਲ ਬੀਜਦਾ, ਉੱਥੇ ਚੌੜੀ ਹੋ ਜਾਂਦੀ ਹੈ, ਫਿਰ ਉੱਥੇ ਹੋਰ ਮਸ਼ੀਨਾਂ ਚੱਲਦੀਆਂ ਨਹੀਂ, ਇਹਦੇ ਵਿੱਚ ਉਹ ਦੇਖੋ ਉੱਥੋਂ ਐਡਜਸਟਮੈਂਟ ਹੋ ਜਾਣੀ ਹੈ। ਮੇਨ ਕਮੀ ਤਾਂ ਜੀ ਦੇਖੋ ਜਿਹੜੀ ਸਭ ਤੋਂ ਵੱਡੀ ਹੈ ਉਹ ਤਾਂ ਹੁੰਦੀ ਹੈ ਨੋਟਰ ਦੀ, ਇਹ 'ਚ ਮੇਨ ਫੰਕਸ਼ਨ ਮਸ਼ੀਨ ਦੇ ਵਿੱਚ ਨੋਟਰ ਹੈ, ਜਿਹੜੀ ਮਸ਼ੀਨ ਗੱਠ ਨਹੀਂ ਖੋਲਦੀ ਉਹ ਮਸ਼ੀਨ, ਉਹਦੇ ਵਰਗੀ ਫਿਰ ਕੋਈ ਮਸ਼ੀਨ ਹੀ ਨਹੀਂ ਹੈਗੀ। ਇਹ ਮਸ਼ੀਨ ਮੇਨ ਕੰਮ ਹੈ ਨੋਟਰ ਦਾ, ਨੋਟਰ ਨੂੰ ਜਦੋਂ ਗਰੀਸ ਹੋਈ ਜਾਣਾ ਇਹਨੇ ਖਰਾਬ ਨਹੀਂ ਹੋਣਾ। ਸਭ ਤੋਂ ਮਹਿੰਗੇ ਪੁਰਜੇ ਨੇ, ਮੰਨ ਲਓ ਆਹ ਪੁਰਜਾ ਲੱਗਿਆ, ਇਹਨੂੰ ਕਹਿੰਦੇ ਅਸੀਂ ਮਤਲਬ ਵੀ ਜਲੇਬੀ, ਇਹ ਜਲੇਬੀ 15,000 ਰੁਪਏ ਦੀ ਹੈ ਜਲੇਬੀ, ਜੇ ਇਹਦਾ ਜੇ ਤੁਸੀਂ ਸਪੇਅਰ ਪਾਰਟ ਲੈਣ ਜਾਵੋ ਤਾਂ ਜੇਬ ਦੇ ਵਿੱਚ ਪੈਂਟ ਅਤੇ ਜੀਨ ਦੇ ਵਿੱਚ ਪਾ ਕੇ 75,000-80,000 ਦਾ ਲੈ ਆਵੇਂਗੇ। ਹਾਂ ਇਹ ਬੰਦੇ ਦਾ ਦਿਲ ਵਾਲਾ ਕੰਮ ਕਰਦਾ, ਮਤਲਬ ਇਹਦਾ ਦਿਲ ਹੈ, ਜੇ ਇਹਦਾ ਸਹੀ ਚੱਲੇ ਇਹਨੂੰ ਆਟੋ ਗਰੀਸਿੰਗ ਕਰਦੀ, ਇਹਨੇ ਖਰਾਬ ਹੀ ਨਹੀਂ ਹੋਣਾ 4-5 ਸਾਲ। ਠੀਕ ਹੈ ਜੀ, 4-5 ਸਾਲ ਵੀ ਖੋਲ ਕੇ ਤੁਹਾਨੂੰ ਦੇਖਣਾ ਪਊਗਾ ਵੀ ਇਹਦਾ ਕਿਹੜਾ ਪਾਰਟ ਕੋਈ ਮਾੜਾ ਮੋਟਾ ਘਸਿਆ, ਉਹ ਬਦਲ ਦਿਓ ਸਾਰਾ ਨੋਟਰ, ਕੋਈ ਨੁਕਸਾਨ ਮਤਲਬ ਇਹਦੀ ਰਿਪੇਅਰ ਕਰਨ ਦੀ ਲੋੜ ਨਹੀਂ, ਫੁੱਲ ਰਿਪੇਅਰ। ਕਹਿਣ ਤੋਂ ਭਾਵ ਜਿੰਨੇ ਬੇਲਰਾਂ 'ਚ ਡਰਾਬੈਕ ਜਾਂ ਦਿੱਕਤਾਂ ਆਉਂਦੀਆਂ ਸੀ ਉਹ ਸਾਰੀਆਂ ਉਹ ਕੱਟਦੀਆਂ, ਜਿਵੇਂ ਕਿ ਤੁਹਾਨੂੰ ਚੇਨ ਦੀ ਦੱਸੀ ਆ ਪਹਿਲਾਂ ਵੀ ਚੇਨ ਬਿਲਕੁਲ ਪਤਲੀ ਸੀਗੀ ਉਹ ਟੁੱਟੀ ਜਾਂਦੀ ਸੀਗੀ, ਕਿਸਾਨ ਵਿਚਾਰੇ ਰਾਤ ਨੂੰ ਪਾਈ ਜਾਂਦੇ ਸੀਗੇ, ਦਿਨ ਨੂੰ ਟੁੱਟੀ ਜਾਂਦੀ ਸੀਗੀ, ਉਹ ਪਾਉਣੀ ਪੈਂਦੀ ਸੀਗੀ, ਪ੍ਰੋਬਲਮ ਆਉਂਦੀ ਸੀ ਕਿਸਾਨਾਂ ਨੂੰ ਜਿਹੜੇ ਬੇਲਰ ਮਾਲਕ ਸੀਗੇ, ਅਤੇ ਉਹ ਚੇਨ ਮੋਟੀ ਕਰਤੀ, ਮਤਲਬ ਰਾਊਂਡ ਬੇਲਰ ਵਾਲੀ ਚੇਨ ਪਾਤੀ ਇਹਦੇ 'ਚ। ਵੱਡੇ ਬਾਈ ਜੀ ਜਿਹੜੀ ਸ਼ਾਫਟ ਹੈ ਜਿਹੜੇ ਸਾਈਡ 'ਤੇ ਸ਼ਾਫਟ ਆਉਂਦੀਆਂ ਨੇ ਉਹ ਵੀ ਕੱਢਣੀ ਪੈਂਦੀ ਹੈ, ਇਹਦੇ ਤਾਂ ਨਹੀਂ ਕੋਈ ਕੱਢਣ? ਨਹੀਂ ਨਹੀਂ ਇਹਦੇ ਕੁਛ ਨਹੀਂ ਬਾਈ ਜੀ, ਕੁਛ ਨਹੀਂ ਕੱਢਣਾ, ਬਾਈ ਜੀ ਇਹਦੇ ਕੋਈ ਸ਼ਾਫਟ ਨਹੀਂ ਕੱਢਣੀ, ਇਹ ਟਰੈਕਟਰ ਦੇ ਟਾਇਰਾਂ ਦੇ ਬਰਾਬਰ ਹੀ ਜਾਣੀ ਆ ਮਸ਼ੀਨ, ਰਿਸਕ ਨਹੀਂ ਹੈਗਾ ਬਿਲਕੁਲ ਇਹ ਰੋਡ ਦੇ ਉੱਤੇ, ਇਹਦਾ ਸਭ ਤੋਂ ਵੱਡੀ ਗੱਲ ਇਹ ਵੀ ਹੈ ਅੱਗੇ ਉਹ ਮਸ਼ੀਨ ਚੱਲਦੀ ਆ ਸਾਈਡ 'ਤੇ, 2-3 ਫੁੱਟ ਸਾਈਡ 'ਤੇ ਚੱਲਦੀ ਆ, ਰਿਸਕ ਵੀ ਆ, ਕੋਈ ਸਾਈਕਲ ਵਾਲਾ ਕੋਈ ਸਕੂਟਰ ਵਾਲਾ ਲੱਗ ਜਾਂਦਾ, ਬਲੋਰ ਬਾਈ ਜੀ ਇਹਦਾ ਇੱਦਾਂ ਪੁੱਠਾ ਵੀ ਚੱਲੂ ਸਿੱਧਾ ਵੀ ਚੱਲੂ, ਪਰ ਇਹਦੇ 'ਤੇ ਗਰਦ ਨਹੀਂ ਜੰਮਣ ਦਊਗਾ ਬਿਲਕੁਲ, ਇਹ ਉਹ ਪਿੱਛੇ ਲੱਗਿਆ ਉਹ ਦੇਖੋ ਜੀ ਅੰਦਰ ਦੀ ਲੱਗਿਆ,
ਆਹ ਲੱਗਿਆ ਸਾਹਮਣੇ ਅੰਦਰਲੇ ਪਾਸੇ, ਉਹ ਉੱਪਰ ਦੀ ਦੇਖੋ ਉੱਥੇ ਦਿਖਦਾ। ਹਾਂ, ਇਹਨੂੰ ਸਾਰੇ ਨੂੰ ਸਾਫ਼ ਕਰੂਗਾ ਉਹ ਬਲੋਰ ਹੈ ਜਿਹੜਾ। ਨਾ ਨਾ ਜੀ, ਨਾ ਕੋਈ ਉਹ ਤਾਂ ਜਾਣੀ, ਉਹਨੇ ਪਿੱਛੇ ਨੂੰ ਮਾਰਨੀ ਹੈ ਸਾਰੀ ਡਸਟ। ਇਹਦੇ ਸਿਰਫ ਆਪਾਂ ਇੱਕ ਬੈਰ ਲਾ ਦੇਣੀ ਹੈ ਇੱਥੇ, ਬਿਜਲੀ ਵਾਲੀ ਤਾਰ ਇੱਥੋਂ ਲਾ ਦੇਣੀ, ਕੋਈ ਹਾਈਡ੍ਰੋਲਿਕ ਪੈਪ ਨਹੀਂ ਲਾਉਣਾ, ਕੁਛ ਨਹੀਂ ਲਾਉਣਾ ਹੈਗਾ, ਸਿਰਫ ਬਿਜਲੀ ਵਾਲੀ ਤਾਰ ਲਾ ਦੇਣੀ ਆਪਾਂ ਨੇ। ਉਹਦੇ ਨਾਲ ਸਾਰਾ ਬੇਲਰ ਚੱਲਣਾ, ਜਿੰਨੀਆਂ ਲਾਈਟਾਂ ਨੇ, ਜਿੰਨੇ ਬਲੋਰ ਨੇ, ਉਹ ਸਾਰਾ ਉਹਦੇ ਨਾਲ ਚੱਲ ਪੈਣਾ। ਹਾਂਜੀ, ਬਿਲਕੁਲ ਜੀ, ਉਹ ਹੁੱਕ ਹੈ ਜੀ, ਉਹ ਸਪੈਸ਼ਲ ਹੁੱਕਾਂ ਬਣਵਾਉਣੀਆਂ ਪੈਂਦੀਆਂ ਨੇ। ਇਹ ਵੀ ਵਿਪਤਾ ਸਿੜ ਜਾਂਦੀ ਹੈ ਕਿਸਾਨ ਬੇਲਰ ਵਾਲਿਆਂ ਨੂੰ, ਵੀ ਕਿਹਦੇ ਬਣਾਈਏ, ਹਰੇਕ ਮਿਸਤਰੀ ਬਣਾ ਨਹੀਂ ਸਕਦਾ ਹੁੱਕ, ਇਹ 'ਚ ਹੁੱਕ ਵਾਲਾ ਝੂਠ ਵੜਤਾ, ਬਿਲਕੁਲ ਖਤਮ ਕਰਤਾ। ਲਿੰਕ ਪਾਓ ਆਪਣੀ ਟਰੈਕਟਰ ਦੀ, ਜਿਹੜੇ ਮਰਜ਼ੀ ਟਰੈਕਟਰ ਦੀ ਤੁਹਾਡੀ, ਉਸ ਹਿਸਾਬ ਨਾਲ ਤੁਹਾਡੀ ਸ਼ਾਫਟ ਸੈੱਟ ਹੋ ਜਾਣੀ ਹੈ। ਡਰਾਈਵਰ ਕੋਲ ਲਿੰਕਾਂ ਪਾਓ ਆਪਣਾ, ਆਰਾਮ ਨਾਲ ਮਸ਼ੀਨ ਲੈ ਕੇ ਤੁਰ ਪਓ। ਤੁਹਾਨੂੰ ਇਹ ਨਹੀਂ ਹੈਗਾ ਵੀ ਇਹਦੇ ਗੱਠ ਲਾ ਕੇ ਖੋਲਣੀ ਪੈਂਦੀ ਹੈ, ਕਦੇ ਇੱਧਰ ਨੂੰ ਕਰ ਲਓ, ਕਦੇ ਬਿੰਗੀ ਕਰ ਲਓ, ਕਦੇ ਰੇਡੀ ਕਰ ਲਓ, ਉਹ ਵੀ ਮੁਕਾਤਾ ਬਾਈ ਜੀ, ਉਹ ਵੀ ਮੁਕਾਤਾ, ਬਿਲਕੁਲ ਖਤਮ ਹੈ। ਨਹੀਂ ਉਹ ਜਾ ਕੇ ਖੇਤ 'ਚ ਮਸ਼ੀਨ ਨੂੰ ਖੋਲੋ ਅਤੇ ਰੋਡ 'ਤੇ ਲੈ ਜਾਣੀ, ਫਿਰ ਬੰਦ ਕਰੋ, ਉਹ ਸਾਰਾ ਸਿਸਟਮ ਇਹ 'ਚੋਂ ਖਤਮ ਹੈ। ਇਨਲਾਈਨ ਮਸ਼ੀਨ ਹੈ ਇਹ, ਆਹ ਦੇਖ ਲਓ ਤੁਸੀਂ, ਟਾਇਰਾਂ ਦੇ ਬਰਾਬਰ ਹੈ ਬਿਲਕੁਲ ਟਰੈਕਟਰ ਦੇ। ਹਾਂਜੀ ਹਾਂ, ਬਿਲਕੁਲ ਰਿਸਕ ਖਤਮ ਕਰਤਾ, ਬਿਲਕੁਲ ਹਾਂ, ਬਿਲਕੁਲ ਜੀ, ਗਾਲ ਦਿੰਦੇ ਤੇ ਬਿਲਕੁਲ ਜੀ। ਸੰਤੋਖ ਭਾਈ, ਲਾਸਟ ਦੇ ਵਿੱਚ ਆਪਾਂ ਇਹ ਕਹਿੰਦੇ ਵੀ ਜੇ ਕਿਸੇ ਕਿਸਾਨ ਭਰਾ ਨੇ ਵੇਲਰ ਖਰੀਦਣਾ ਤਾਂ ਲੋਕੇਸ਼ਨ ਕੀ ਆਦੀ ਕਰੰਡ? ਆਪਣੀ ਲੋਕੇਸ਼ਨ ਹੈ ਜੀ ਤਰਨ ਤਾਰਨ ਬਾਈਪਾਸ ਜੀ, ਸਾਹਮਣੇ ਮਹਿੰਦਰਾ ਕਾਰ ਏਜੰਸੀ ਜੀ, ਸਰਾ ਐਗਰੋ ਨਾਂ ਦੀ ਫਰਮ ਹੈ ਸਾਡੀ ਜੀ, ਬਿਲਕੁਲ ਜੀ ਟੀ ਰੋਡ ਦੇ ਉੱਪਰ ਹੈ ਜੀ। ਮੋਬਾਈਲ ਨੰਬਰ ਇੱਕ ਵਾਰੀ ਬੋਲ ਵੀ ਦੇਗੇ ਤੇ ਸਕਰੀਨ ਤੇ ਹੀ ਪਾਇਆ ਹੋਇਆ ਜੀ, ਨੰਬਰ ਹੈ ਜੀ 8054 ਜੀ 00 20 20 80 54 00 20 20 ਜੀ, ਇਹ ਨੰਬਰ ਆ ਜੀ। ਅਤੇ ਲੋਕੇਸ਼ਨ ਬਾਈ ਜੀ ਨੇ ਦੱਸਤਾ, ਤੁਸੀਂ ਇੱਥੇ ਆ ਕੇ ਬੇਲਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਖਰੀਦਣਾ ਤਾਂ ਇੱਥੇ ਆ ਕੇ ਤੁਸੀਂ ਖਰੀਦ ਸਕਦੇ ਹੋ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਓਕੇ।